ਕਈ ਪਾਸੇ ਇਹ ਬੰਦਾ ਆਪ ਚਾਰ ਲੈਣਾ ਜਿੱਦ ਤੋਂ ਚਾਰ ਤੇ ਆ ਜਾਣਾ ਪਕੜਾ ਅਵਲੀਤ ਸਹੀ ਖਾਪਾ ਅੱਜ ਪਤਾ ਨੀ ਢਿੱਲਾ ਕਿਉਂ ਪਤਾ ਨੀ ਕੀ ਚੱਕਰ ਆਈ ਬਹੁਤ ਮਾਇੂਸ ਹੈ ਆ ਗਿਆ ਜੀ ਇਹ ਅੱਜ ਢਿੱਲੇ ਢਿੱਲੇ ਹੈ ਆਜ ਇਨਕਾ ਜੋ ਹੈ ਮਨ ਕੱਚਾ ਕੱਚਾ ਹੈ ਮੇਰੀ ਗੱਲ ਕਰਾ ਹੋਰ ਹੀ ਗੱਲ ਹੋਰ ਲੇਕਿਨ ਇਸ ਦਫਾ ਇਨਸੇ ਬਹੁਤ ਅੱਛੀ ਉਮੀਦ ਜੋ ਹੈ ਮੈਂ ਖਰੇ ਉਤਰਾਂਗਾ ਇਸ ਉਮੀਦ ਪਰ ਮੀਆਂ ਤੇਰੀ ਬਾਡੀ ਨਜ਼ਰ ਆ ਜਾਣੀ ਕਰਦਾ ਨਹੀਂ ਸਾਕਬ ਨੀ ਮੁੰਡਾ ਜੁੜਿਆ ਦਾ ਉਹਨੂੰ ਬੋਲਰ ਰੱਖ ਲਾ ਸ਼ਾਕਰ ਅੰਪਾਇਰ ਬਣੀ ਸ਼ਾਕਰ ਯਾਰ ਸਾਡੀ ਵਾਰੀ ਅੰਪਾਇਰ ਤੋਰਨ ਤੈਨੂੰ ਨਜ਼ਰ ਤਾਂ ਆਉਂਦੀ ਨੀ ਵੈਸੇ ਨਾਸ ਨਾ ਕਰੀ ਕਿਸੇ ਨੇ ਦੱਸਿਆ ਤੇਰੀ ਰਾਤੀ ਨਜ਼ਰ ਘੱਟ ਆ ਆਪਣੀ ਤੇਜ਼ ਬਾਲ ਹੋਵੇ ਤਾਂ 9 ਫਰੀ ਦੇ ਦੇ 3 ਤੇ ਨਾ ਦੇ ਦੇ ਇਹ ਮੈਚ ਸਟਾਰਟ ਹੋਣੇ ਜਾ ਰਿਹਾ ਸਟਾਰਟ ਹੋ ਚੁੱਕਾ ਹੈ ਇਹ ਮੌਲਵੀ ਸਾਹਿਬ ਕਾਫੀ ਫਾਰਮ ਮੇ ਆਏ ਹੈ
ऊपर गली चूरा आ गई नहीं कोई चक्कर नहीं सारे ही आ रहे हैं सारे सारे की बनानी अगेन वलीद भाई सीरियस हो के मैच देख रहे हैं फुल वॉल्यूम है मैच देखते हुए मैच की बोला असलान ना कौन है हेलो आए हैं बस आजकल मसरूफ फ्रेंड है नहीं मसरूफ फ्रेंड है आजकल मिलता आज मिला सी बस वो अजकल काम करता है काम घर ही जाता बस थोड़ी देर घूमता फिर कद कद हो जाती भाई डेली गेम पपी पपी आ गया पपी आ गए हमारे पॉपी वास्ते आप वीडियो बना हेलो बाबे दामी सेम टीम है की ना और भाई की भी बनाई जाए जो कि लैग अंपायर है इधर इधर ध्यान दीजिए हाथ हिला दे वो आपके साथ प्रैंक हो रहा है हाथ हिला शापर ओए बोंडे इधर हाथ हिला हाथ हिला हां तेरी मान गया ये लानत नहीं पानी से 30 रुपए दे चावलों दे बैन दे छोटा ये 30 रुपए ओ रेडी तेरे दी खाए ना बैन दे छोटा नौ दे दे हौली हौली करिए ना बोंडे आ नौ बाल दे ओ गुड यार गुड फील्डिंग ते पिछली दा बदला ले लवे आ
ਅਮਦਸਰ ਨੋਬਾਲ ਲੈਗ ਅੰਪਾਇਰ ਬਹੁਤ ਕਨਫਿਊਜ਼ ਹੋ ਚੁੱਕੇ ਹੈ ਕਨਫਿਊਜ਼ ਹੈ ਇਹ ਤੋਂ ਅਭੀ ਥੋੜਾ ਸਾ ਦਿਖਾ ਲੈਗ ਅੰਪਾਇਰ ਦੇ ਕਿਉਂ ਤੁਸੀਂ ਪੇਚ ਪੈ ਖੜੇ ਜੇ ਭਾਈ ਉਰੇ ਰਹਿ ਥੋੜਾ ਜਿਹਾ ਓ ਭਾਈ ਇੱਥੇ ਰਹਿ ਇੱਥੇ ਰਹਿ ਤੇ ਪਹਿਲੇ ਬਾਲ ਕਰਨਾ ਪਹਿਲੇ ਸਹੀ ਖੜਾ ਸੀ ਤੂੰ ਚੰਗਾ ਵਾ ਉਹ ਖੇਡਦਾ ਹੀ ਟੇਡ ਹੈ ਤੂੰ ਕਿਉਂ ਉੱਥੇ ਗਿਆ ਚਾਹੇ ਮਿਲਾ ਇਹ ਭਾਈ ਕਹਿ ਰਹੇ ਆ ਇਹ ਮਿਲੇ ਹੋਏ ਲੈਗ ਅੰਪਾਇਰ ਚਾਵਲੋਂ ਕੀ ਪਲੇਟ ਲੱਗੀ ਹੋਈ ਹੈ ਵਲੀਦ ਭਾਈ ਕੀ ਰੇੜੀ ਸ਼ਾਕਰ ਭਾਈ ਆਪ ਸਹੀ ਬਤਾਏ ਕਿਸ ਸਾਈਡ ਪੇ ਹੈ ਬੰਦੇ ਉਹ ਪੀਲੀ ਸ਼ਰਟ ਵਾਲੇ ਭਾਈ ਜੀ ਦੇਖੇ ਕਿੱਧਰ ਹੈ ਕਿਸ ਸਾਈਡ ਪੇ ਆਪ ਇਸ ਵਕਤ ਕਿਧਰ ਹੈ ਓਵਰ ਚ ਛੇ ਗੇਂਦਾਂ ਵੀ ਰਹਿ ਗਿਆ ਮੁਬਾਰਕ ਹੋਵੇ ਮੀਆਂ ਲੋ ਇੱਥੋਂ ਬੋਤਲ ਲਿਆ ਵੀ ਬਜਾ ਪੈ ਗਿਆ ਤਾਂ ਮੁੜ ਬੋਤਲ ਨਿਕਲ ਜਾਣੀ ਉਹ ਨਹੀਂ ਪੈਂਦਾ ਹੁਣ ਬੈਂਚ ਵੀ ਪੈਣ ਲੱਗ ਗਿਆ ਤਾਂ ਕਮਲੇ ਹੋਏ ਚਾਰ ਵਾਈ ਸਕਦੇ ਪੰਜ ਨਹੀਂ ਵਾਈ ਸਕਦੇ ਮਜ਼ਾਕ ਨਾ ਬਣਾਵਾ ਕੋਈ ਸਕੋਰ ਮੈਂ ਕਹਿੰਦਾ ਅੱਠ ਵੀ ਪਈਆਂ ਹੁੰਦੇ ਕੋਈ ਰੌਲਾ ਪਹਿਲਾ ਹਰ ਚੌਕੇ ਤੇ ਇੱਕ ਤਾਲੀ ਔਰ ਪਹਿਲੀ ਤਾੜੀ ਹਾਂ ਤੇ ਵੀ ਵਧੀਆ ਛੱਕਾ ਸੀ ਇਹਦਾ ਬੇਲੀ ਬੋ ਵੀ ਕੁਝ ਕਰੇਗਾ ਓਏ ਕੀ ਕੀਤਾ ਸੂ ਗਲੀ ਚ ਮੌਲਵੀ ਦਾ ਤੇ ਕਲੋਂਗ ਕਹਿੰਦਾ ਪਈ ਸੀ ਬੜੀ ਸੋਹਣੀ ਗੇਮ ਕਰਾਂਗਾ ਮੇਰੀ ਵਾਰੀ ਤਾਂ ਆਵਣ ਦਿਓ ਅਸੀਂ ਤੁਹਾਡੇ ਗਏ ਜੋ ਲਾਇਆ ਹੈ ਵਾਰੀ ਵੈਰੀ ਗੁੱਡ ਸਾਡਾ ਉੱਧਰ ਵਾਲਿਆ ਤੇਰੇ ਪਿੱਛੇ ਮੈਂ ਤਰਾਨਾ ਛੱਡ ਦਿੱਤਾ ਉਹਨੂੰ ਕਹਿ ਸਿੰਗਲ ਲੈ ਦੇ ਅਮਨ ਨੂੰ ਦੇ ਗਿਆ ਸੀ ਟੁੱਟ ਗਿਆ ਪਹਿਲੇ ਕਰੀ ਬੋਲਿੰਗ ਪਹਿਲੇ ਕਰੀ ਚਲੋ ਸਹੀ ਹੈ